ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁੱਖ ਜੌਲ ਅਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਰੇ ਜਾਣਿਆਂ ਦਾ ਸਵਾਗਤ ਹੈ। ਅਤੇ ਅੱਜ ਦੀ ਵੀਡੀਓ ਦਾ ਆਪਣਾ ਟੌਪਿਕ ਆ, ਮੈਂ ਬਾਅਦ 'ਚ ਦੱਸਾਂਗਾ। ਪਹਿਲਾਂ ਜਲਦੀ ਤੋਂ ਜਲਦੀ ਜਾਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜਿਹੜਾ ਤੁਸੀਂ ਕਮੈਂਟ ਕਰਨਾ ਗਾ ਉਹ ਵੀਡੀਓ ਦੇਖਣ ਤੋਂ ਬਾਅਦ ਕਰਿਓ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਵੀਡੀਓ ਦਾ ਟੌਪਿਕ ਦੱਸਦਾ, ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਕੀ ਹੈਗਾ। ਆਪਣਾ ਅੱਜ ਦਾ ਟੌਪਿਕ ਆ ਗਈ ਆਪਾਂ ਜਲਦੀ ਕਿਵੇਂ ਉੱਠੀਏ ਸਵੇਰੇ, ਠੀਕ ਆ ਜੀ। ਜਿਵੇਂ ਕਿ ਤੁਹਾਨੂੰ ਪਤਾ, ਆਪਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਹਾਂ, ਕਦੇ 3 ਵਜੇ ਦਾ ਅਲਾਰਮ ਲਾਉਣਾ, ਕਦੇ 4 ਵਜੇ ਦਾ, ਕਦੇ 5 ਵਜੇ ਦਾ, ਕਦੇ 6 ਵਜੇ ਦਾ। ਆਪਾਂ ਕਈ ਵਾਰ ਹਾਰ ਜਾਂਦੇ ਹਾਂ ਵੀ ਯਾਰ 4-5 ਵਜੇ ਨਹੀਂ ਉੱਠਿਆ, ਚਲੋ 6-7 ਵਜੇ ਦਾ ਅਲਾਰਮ ਹੀ ਲਾ ਲਈਏ ਵੀ ਉੱਠਿਆ ਜਾਊਗਾ, ਹੈ ਨਾ। ਬਟ ਅੱਜ ਮੈਂ ਤੁਹਾਨੂੰ 3-4 ਟ੍ਰਿਕਾਂ ਦੱਸੂੰਗਾ, ਜਿਹੜੀਆਂ ਟ੍ਰਿਕਾਂ ਨੇ ਮਤਲਬ ਕਿ ਮੈਂ ਤੁਹਾਨੂੰ ਦੱਸਦਾ ਵੀ ਮੈਂ ਵੀਡੀਓ ਕੋਈ ਇੱਦਾਂ, ਮੈਂ ਤੁਸੀਂ ਦੇਖਿਓ ਮੈਂ ਬਹੁਤ ਘੱਟ ਵੀਡੀਓ ਪਾਉਣਾ, ਉਹਦਾ ਰੀਜ਼ਨ ਇਹ ਹੈਗੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਜਿਹੜੀਆਂ ਕੋਈ ਚੀਜ਼ਾਂ ਮੇਰੇ ਨਾਲ ਹੁੰਦੀਆਂ ਨੇਗੀਆਂ ਉਸ ਤੋਂ ਬਾਅਦ ਹੀ ਮੈਂ ਉਹਨਾਂ ਨੂੰ ਵੀਡੀਓ ਲੈ ਕੇ ਆਉਣਾ। ਵੀ ਜਿਵੇਂ ਸਮਝ, ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਵੀ ਜੇ ਕੋਈ ਜ਼ਿੰਦਗੀ ਦੇ ਵਿੱਚ ਮੇਰੀ ਕੋਈ ਚੀਜ਼ ਅਮਲ ਕਰਦੀ ਹੈਗੀ ਮੇਰੇ ਉੱਪਰ, ਤਾਂ ਮੈਂ ਉਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੁੰਦਾ ਗਾ। ਜਿੱਦਾਂ ਕਿ ਇਹ ਜਿਹੜੇ 3-4 ਟ੍ਰਿਕਾਂ ਨੇ, ਇਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਸਵੇਰੇ ਉੱਠਣ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈਗੀ। ਅਤੇ ਮਤਲਬ ਕਿ ਕਹਿਣ ਦਾ ਭਾਵ ਹੈ ਵੀ ਇਹ ਚੀਜ਼ਾਂ ਅਮਲ ਕਰਦੀਆਂ ਨੇ, ਤਾਂ ਇਹ ਮੈਂ ਤੁਹਾਡੇ ਲਈ ਅੱਜ ਇਹ ਟ੍ਰਿਕਾਂ ਲੈ ਕੇ ਆਇਆ ਗਾ। ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਕਿ ਆਪਾਂ ਸਵੇਰੇ 3 ਜਾਂ 4 ਵਜੇ ਕਿਸੇ ਵੀ ਟਾਈਮ ਲਾ ਲਓ, ਮਤਲਬ ਕਿ ਆਪਾਂ ਮੋਰਨਿੰਗ ਜਲਦੀ ਉੱਠਣਾ ਹੁੰਦਾ, 3 ਜਾਂ 4 ਵਜੇ ਆਪਾਂ ਤੁਸੀਂ ਕੋਈ ਵੀ ਗੇਮ ਕਰਦੇ ਹੋ, ਚਾਹੇ ਤੁਸੀਂ ਕਬੱਡੀ ਖੇਡਦੇ ਹੋ, ਚਾਹੇ ਤੁਸੀਂ ਕੋਈ ਅਥਲੀਟ ਹੋਵੋ, ਚਾਹੇ ਤੁਸੀਂ ਵੈਸੇ ਵੀ, ਚਾਹੇ ਕੋਈ ਤੁਸੀਂ ਗੇਮ ਨਹੀਂ ਵੀ ਕਰਦੇ, ਚਾਹੇ ਤੁਸੀਂ ਵੈਸੇ ਵੀ ਨੋਰਮਲ ਲਾਈਫ ਦੇ ਵਿੱਚ ਆਪਣੀ ਲਾਈਫ ਜੀ ਰਹੇ ਹੋਗੇ, ਤਾਂ ਤੁਸੀਂ ਜਲਦੀ ਉੱਠਣ ਦੇ ਵਿੱਚ, ਜਿਵੇਂ ਤੁਸੀਂ ਕਹਾਵਤ ਸੁਣੀ ਹੋਊਗੀ ਵੀ ਜਿਹੜੇ ਲੋਕ ਸੂਰਜ ਨੂੰ ਜਗਾਉਂਦੇ ਨੇਗੇ ਉਹ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਸਕਸੈਸਫੁੱਲ ਹੁੰਦੇ ਨੇ, ਅਤੇ ਜਿਨ੍ਹਾਂ ਨੂੰ ਸੂਰਜ ਜਗਾਉਂਦਾ ਉਹ ਹਮੇਸ਼ਾ ਅਨਸਕਸੈਸਫੁੱਲ ਹੁੰਦੇ ਨੇਗੇ। ਅਤੇ ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ, ਜਲਦੀ ਕਿਵੇਂ ਉੱਠੀਏ ਆਪਾਂ 4 ਵਜੇ। ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਗਾ, ਰਾਤ ਨੂੰ ਬਹੁਤ ਸਾਰੇ ਲੋਕ ਦੇਖੇ ਹੋਣਗੇ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਕੀ ਕਰਦੇ ਨੇ, ਜਾਂ ਤਾਂ ਰੋਟੀ ਖਾ ਲੈਂਦੇ ਨੇ, ਰੋਟੀ ਖਾਂਦੇ ਨੇ ਅਤੇ ਸੌ ਜਾਂਦੇ ਨੇ, ਜਾਂ ਫਿਰ ਕੋਈ ਵੀ ਮਤਲਬ ਕਿ ਆਪਾਂ ਕਹਿ ਦਈਏ ਕਿਸੇ ਵੀ ਤਰ੍ਹਾਂ ਦੀ ਕੋਈ ਮੀਲ ਲੈਂਦੇ ਨੇ ਅਤੇ ਨਾਲ ਦੀ ਨਾਲ ਸੌ ਜਾਂਦੇ ਨੇ। ਇੱਥੋਂ ਤੱਕ ਕਿ ਬੈੱਡ 'ਤੇ ਪਏ ਹੁੰਦੇ ਨੇ, ਬੈੱਡ 'ਤੇ ਨਾਲ ਦੀ ਨਾਲ ਚੀਜ਼ ਖਾਂਦੇ ਨੇ ਅਤੇ ਉੱਥੇ ਸੌ ਜਾਂਦੇ ਨੇ, ਹੈ ਨਾ। ਇਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਵੀ ਜਿਹੜਾ ਤੁਸੀਂ ਸਵੇਰੇ ਨਹੀਂ ਜਲਦੀ ਉੱਠ ਪਾਉਂਦੇ। ਅਤੇ ਇਹਦੇ ਨਾਲ ਤੁਸੀਂ ਸਮਝ ਸਕਦੇ ਹੋ ਵੀ ਕੀ ਹੁੰਦਾ ਜਦੋਂ ਆਪਾਂ ਕੋਈ ਰਾਤ ਨੂੰ ਭਾਰੀ ਚੀਜ਼ ਖਾਂਦੇ ਹਾਂ, ਚਾਹੇ ਹਲਕੀ ਖਾਣਾ, ਚਾਹੇ ਭਾਰੀ ਚੀਜ਼ਾਂ ਨੇ, ਕੋਈ ਇਹਦੇ ਨੂੰ ਮਤਲਬ ਨਹੀਂ ਹੈਗਾ, ਬਟ ਕੋਈ ਵੀ ਚੀਜ਼ ਖਾਂਦੇ ਹਾਂ ਜਦੋਂ ਆਪਾਂ ਰਾਤ ਨੂੰ, ਚਾਹੇ ਆਪਾਂ ਭੈਣ ਲੱਗੇ ਫਰੂਟ ਖਾ ਲਈਏ, ਰੋਟੀ ਖਾ ਲਈਏ, ਜਾਂ ਕੋਈ ਵੀ ਚੀਜ਼ ਖਾ ਲਈਏ, ਉਦੋਂ ਕੀ ਹੁੰਦਾ ਗਾ ਜਦੋਂ ਆਪਾਂ ਉਹ ਚੀਜ਼ ਖਾ ਲਈ, ਸਮਝ ਲਓ ਆਪਾਂ ਪੈ ਗਏ, ਅਤੇ ਰਾਤ ਨੂੰ ਕੀ ਹੁੰਦਾ ਜਿਹੜਾ ਆਪਣਾ ਲਿਵਰ ਹੈਗਾ ਉਹ ਚੀਜ਼ ਨੂੰ ਐਡਜਸਟ ਕਰਨ ਦੇ ਵਿੱਚ ਆਪਣੀ ਸਾਰੀ એનર્ਜੀ ਖੋ ਦਿੰਦਾ ਗਾ। ਕਹਿਣ ਦਾ ਭਾਵ ਵੀ ਆਪਣੀ ਸਾਰੀ ਬੋਡੀ ਦੀ એનર્ਜੀ ਉਹਦੇ ਉੱਪਰ ਲੱਗ ਜਾਂਦੀ ਆ, ਅਤੇ ਜਦੋਂ ਆਪਾਂ ਸਵੇਰੇ ਉੱਠਦੇ ਹਾਂਗੇ ਆਪਣੇ 'ਚ ਵੀਕਨੈਸ ਹੁੰਦੀ ਹੈਗੀ। ਬਹੁਤ ਤੁਸੀਂ ਦੇਖਿਆ ਹੋਊਗਾ, ਤੁਸੀਂ ਕਹਿੰਦੇ ਹੁੰਦੇ ਜਦੋਂ ਸਰੀਰ 'ਚ ਸਵੇਰੇ ਨਾ ਉੱਠਦੇ ਹਾਂ ਜਦੋਂ ਜਾਨ ਨਹੀਂ ਹੁੰਦੀ ਬਿਲਕੁਲ ਵੀ, ਤਾਂ ਨਹੀਂ ਸੱਤ ਉੱਠਿਆ ਜਾਂਦਾ, ਉਹਦਾ ਕਾਰਨ ਇਹੀ ਹੁੰਦਾ ਵੀ ਤੁਸੀਂ ਜਦੋਂ ਰਾਤ ਨੂੰ ਸੌਂਦੇ ਹੋ ਉਹ ਤੁਸੀਂ ਬਹੁਤ ਹੈਵੀ ਚੀਜ਼ ਲੈ ਲਈ ਹੁੰਦੀ ਹੈਗੀ, ਠੀਕ ਹੈ ਨਾ। ਇਸੇ ਕਰਕੇ ਤੁਹਾਨੂੰ ਸਵੇਰੇ ਉੱਠਣ ਦੇ ਵਿੱਚ ਵੀਕਨੈਸ ਫੀਲ ਹੁੰਦੀ ਹੈ, ਜਿਹਦੇ ਕਰਕੇ ਤੁਸੀਂ ਤੁਹਾਡਾ ਦਿਮਾਗ ਜਿਹੜਾ ਬਹਾਨੇ ਬਣਾਉਣ ਲੱਗ ਜਾਂਦਾ ਵੀ ਜਦੋਂ ਤਾਂ ਸਰੀਰ 'ਚ ਜਮੇ ਜਾਨ ਹੈਗੀ, ਬਸ ਆਪਾਂ ਲੇਟ ਉੱਠਾਂਗੇ, ਜਾਂ ਫਿਰ ਆਪਾਂ ਅਲਾਰਮ ਨੂੰ ਥੋੜ੍ਹਾ ਜਿਹਾ ਉਹ 'ਤੇ ਲਾ ਦਿੰਦੇ ਹਾਂ ਵੀ ਅੱਗੇ ਥੋੜ੍ਹੇ ਟਾਈਮ ਉੱਠਦੇ ਹਾਂ, ਥੋੜ੍ਹੇ ਟਾਈਮ ਉੱਠਦੇ ਹਾਂ, ਇਹੀ ਕਰਦੇ ਕਰਦੇ ਆਪਾਂ ਨੂੰ 7-8 ਵੱਜ ਜਾਂਦੇ ਨੇ, ਇੱਥੋਂ ਤੱਕ ਕਿ 10 ਵੀ ਵਾਰ ਵੱਜ ਜਾਂਦੇ ਨੇ, ਹੈ ਨਾ। ਇਹ ਮੈਂ ਤੁਹਾਨੂੰ ਇਸ ਲਈ ਦੱਸਦਾ ਕਿਉਂਕਿ ਇਹ ਚੀਜ਼ਾਂ ਮੇਰੇ ਨਾਲ ਹੁੰਦੀਆਂ ਰਹਿੰਦੀਆਂ ਨੇ, ਹੈ ਨਾ। ਅਤੇ ਉਸ ਤੋਂ ਬਾਅਦ ਕੀ ਹੁੰਦਾ ਗਾ, ਪਹਿਲੀ ਚੀਜ਼ ਤਾਂ ਇਹ ਆ ਵੀ ਤੁਸੀਂ ਕਦੇ ਵੀ ਰਾਤ ਨੂੰ ਸੌਣ ਲੱਗੇ ਕਦੇ ਵੀ ਕੋਈ ਚੀਜ਼ ਨਾ ਖਾਓ। ਤੁਸੀਂ ਸੌਣ ਤੋਂ ਘੱਟੋ ਘੱਟ ਘੰਟਾ ਜਾਂ 2 ਘੰਟੇ, ਸਭ ਤੋਂ ਬੈਸਟ ਆ 2 ਘੰਟੇ, ਸੌਣ ਤੋਂ 2 ਘੰਟੇ ਪਹਿਲਾਂ ਕੋਈ ਤੁਸੀਂ ਮੀਲ ਲੈ ਸਕਦੇ ਹੋ, ਅਤੇ ਸੌਣ ਤੋਂ 2 ਘੰਟੇ ਬਾਅਦ ਤੁਹਾਡੀ ਪਹਿਲਾਂ ਮਤਲਬ ਕਿ ਕੋਈ ਵੀ ਚੀਜ਼ ਇਹੋ ਜਿਹੀ ਨਾ ਹੋਵੇ ਜਿਹੜੀ ਤੁਸੀਂ ਖਾਧੀ ਹੋਵੇ, ਤੁਹਾਡਾ ਪੇਟ ਬਿਲਕੁਲ ਖਾਲੀ ਹੋਵੇ, ਅਤੇ ਤੁਸੀਂ ਮਤਲਬ ਕਿ ਤੁਸੀਂ ਉਹ ਕਰਕੇ ਦੇਖਿਓ, 2 ਘੰਟੇ ਪਹਿਲਾਂ ਨਾ ਖਾਇਓ ਅਤੇ 2 ਘੰਟੇ ਬਾਅਦ ਸੌਂ ਜਿਓ, ਅਤੇ ਸਵੇਰੇ ਤੁਸੀਂ ਆਪ ਫੀਲ ਕਰੋਗੇ ਕਿ ਹਾਂ ਯਾਰ ਸਾਡੀ ਬੋਡੀ ਦੇ ਵਿੱਚ ਐਨਰਜੀ ਸੀਗੀ, ਸੱਚੀ ਮੁੱਚੀ ਐਨਰਜੀ ਸੀਗੀ, ਅਤੇ ਸਾਨੂੰ ਮਤਲਬ ਕਿ ਉੱਠਣ ਦੇ ਵਿੱਚ ਕੋਈ ਵੀਕਨੈਸ ਨਹੀਂ ਫੀਲ ਹੋਈ, ਅਤੇ ਤੁਹਾਡੀ ਅੱਖ ਵੀ ਜਲਦੀ ਖੁੱਲ੍ਹ ਜਾਊਗੀ। ਅਤੇ ਨੰਬਰ ਦੋ 'ਤੇ ਤੁਸੀਂ ਕੀ ਕਰਨਾ ਗਾ, ਜਦੋਂ ਵੀ ਤੁਸੀਂ ਸੌਣਾ ਗਾ, ਚਾਹੇ ਤੁਸੀਂ ਸਮਝ ਲਓ ਵੀ ਤੁਸੀਂ ਲਾਉਣੇ ਹੋ 5 ਵਜੇ ਦਾ ਅਲਾਰਮ ਲਾਉਣੇ ਹੋ, ਜਾਂ ਫਿਰ ਤੁਸੀਂ 4 ਵਜੇ ਦਾ ਅਲਾਰਮ ਲਾਉਣੇ ਹੋ, ਕੁਛ ਕੁ ਬੰਦੇ ਹੁੰਦੇ ਨੇ ਜਿਹੜੇ 3 ਵਜੇ ਦਾ ਅਲਾਰਮ ਲਾਉਣੇ ਨੇ, ਠੀਕ ਆ ਜੀ। ਅਤੇ ਤੁਸੀਂ ਕੀ ਕਰਨਾ, ਸਮਝ ਲਓ ਵੀ ਤੁਸੀਂ ਸਮਝ ਲਓ 4 ਵਜੇ ਉੱਠਣਾ, ਠੀਕ ਆ, ਤੁਸੀਂ ਠਾਣ ਲਈ ਵੀ ਕੱਲ੍ਹ ਤੋਂ ਮੈਂ 4 ਵਜੇ ਉੱਠਣਾ ਹੈਗਾ। 4 ਵਜੇ ਆਪਾਂ ਤੁਸੀਂ ਜ਼ਿਆਦਾਤਰ ਦੇਖਿਆ ਹੋਊਗਾ, ਤੁਹਾਡੇ ਸਾਰੇ ਨਾਲ ਵੀ ਹੁੰਦਾ ਹੋਊਗਾ, ਜਿਵੇਂ ਪਹਿਲਾਂ ਵੀ ਗੱਲ ਕਰਕੇ ਹਟਿਆ, ਆਪਾਂ 4 ਵਜੇ ਦਾ ਅਲਾਰਮ ਲਾ ਲਿਆ ਅਤੇ ਸੌਂ ਗਏ, ਸਵੇਰੇ 4 ਵਜੇ ਅਲਾਰਮ ਵੱਜਿਆ, ਅਤੇ ਜਦੋਂ ਸਵੇਰੇ 4 ਵਜੇ ਅਲਾਰਮ ਵੱਜਦਾ ਗਾ ਉਦੋਂ ਆਪਣੇ ਮਾਇੰਡ ਦੇ ਵਿੱਚ ਕੀ ਹੁੰਦਾ ਗਾ ਵੀ ਆਪਾਂ ਜਿਹੜਾ ਸਨੂਜ ਲਾ ਦਈਏ, ਉਹਦੇ ਨਾਲ ਕੀ ਹੁੰਦਾ ਗਾ ਵੀ ਹਾਂ ਯਾਰ ਆਪਾਂ ਸਨੂਜ ਇੱਕ ਵਾਰੀ ਲਾ ਦਿੰਦੇ ਹਾਂ, 10-15 ਮਿੰਟ ਬਾਅਦ ਵੱਜੂਗਾ ਵੀ ਉਦੋਂ ਉੱਠ ਖੜਾਂਗੇ, ਮਤਲਬ ਕਿ ਆਪਾਂ ਆਪਣੇ ਦਿਮਾਗ ਨੂੰ ਇਹ ਕਹਿੰਦੇ ਹਾਂ ਵੀ ਯਾਰ 5 ਮਿੰਟ ਹੋਰ ਪੈ ਜਾ ਅਗਲੇ ਅਲਾਰਮ 'ਤੇ ਉੱਠ ਖੜਾਂਗੇ, ਠੀਕ ਆ। ਅਗਲਾ ਅਲਾਰਮ ਵੱਜਦਾ ਉਦੋਂ ਫਿਰ ਹੋ
3:45 ਦਾ ਅਲਾਰਮ ਲਾਓਗੇ, ਸਵੇਰੇ 3:45 ਦਾ ਅਲਾਰਮ ਵੱਜੂਗਾ ਅਤੇ ਤੁਸੀਂ ਕੀ ਕਰ ਦੇਣਾ ਹੈਗਾ, ਤੁਸੀਂ ਉਦੋਂ ਸੋਚਣਾ ਵੀ ਮੈਂ 15 ਮਿੰਟ ਹੋਰ ਸੌਂ ਜਾਂਦਾ। ਚਲੋ ਠੀਕ ਆ, 3:45 ਦਾ ਅਲਾਰਮ ਲਾਇਆ ਅਤੇ 3:45 ਤੋਂ ਅਲਾਰਮ ਵੱਜੂਗਾ, ਤੁਸੀਂ ਸਨੂਜ਼ ਕਰ ਦੇਣਾ। 15 ਮਿੰਟ ਦਾ ਤੁਹਾਨੂੰ ਟਾਈਮ ਮਿਲ ਗਿਆ, 15 ਮਿੰਟ ਬਾਅਦ ਤੁਹਾਨੂੰ ਲੱਗੂਗਾ ਵੀ ਹਾਂ ਯਾਰ ਹੁਣ ਮੈਂ ਆਪਦੀ ਨੀਂਦ ਪੂਰੀ ਕਰ ਲਈ। 15 ਮਿੰਟ ਜਿਹੜਾ ਆਪਣੇ ਇੱਕ ਮਨ 'ਚ ਚਾਅ ਹੁੰਦਾ ਵੀ ਹਾਂ ਯਾਰ 15 ਮਿੰਟ ਹੋਰ ਨੀਂਦ ਲੈ ਲਈ, ਹੈ ਨਾ, ਉਹ ਜਿਹੜਾ ਤੁਹਾਡਾ ਚਾਅ ਗਾ ਉਹ ਪੂਰਾ ਹੋ ਜਾਣਾ ਗਾ। 4 ਵਜੇ ਅਲਾਰਮ ਵੱਜੂਗਾ, ਤੁਹਾਨੂੰ ਹਾਂ ਹੋਜੂਗਾ ਵੀ ਹਾਂ ਯਾਰ ਹੁਣ ਤਾਂ ਮੈਂ ਦੂਜੀ ਵਾਰ ਅਲਾਰਮ ਵੱਜਿਆ ਵੀ ਹੁਣ ਮੈਂ ਉੱਠ ਖੜਦਾ। ਠੀਕ ਆ, ਅਤੇ ਇਹਦਾ ਹੱਲ ਮੈਂ ਇਹ ਲੱਭਿਆ ਗਿਆ ਵੀ ਤੁਸੀਂ ਜ਼ਰੂਰ ਇਸਤੇਮਾਲ ਕਰਕੇ ਦੇਖੋ, ਜੇ ਤੁਹਾਨੂੰ ਮਤਲਬ ਕਿ ਇਹ ਚੀਜ਼ ਹੁੰਦੀ ਆ ਵੀ ਹਾਂ ਯਾਰ ਤੁਹਾਨੂੰ ਤੁਸੀਂ ਇਹ ਆਦਤ ਆ ਕਿ ਤੁਹਾਨੂੰ ਤੁਸੀਂ ਸਨੂਜ਼ ਕਰੀ ਜਾਂਦੇ ਹੋ, ਤਾਂ ਤੁਹਾਡੇ ਲਈ ਇਹ ਸਭ ਤੋਂ ਬੈਟਰ ਆ ਵੀ ਤੁਸੀਂ 15 ਮਿੰਟ ਪਹਿਲਾਂ ਦਾ ਅਲਾਰਮ ਲਾ ਲੈਣਾ। ਤੁਸੀਂ 5 ਵਜੇ ਉੱਠਦੇ ਹੋ, ਤੁਸੀਂ 4:45 ਦਾ ਅਲਾਰਮ ਲਾ ਲੈਣਾ। ਠੀਕ ਆ, ਮੈਨੂੰ ਪਤਾ ਵੀ ਇਹ ਚੀਜ਼ ਜ਼ਰੂਰ ਕੰਮ ਕਰਦੀ ਕਿਉਂਕਿ ਮੈਂ ਆਪ ਵੀ ਇਹ ਚੀਜ਼ ਕਰਕੇ ਦੇਖੀ ਆ ਅਤੇ ਇਹ ਚੀਜ਼ ਨੇ ਸੱਚੀ ਵਿੱਚ ਜੀ ਕੰਮ ਕੀਤਾ ਗਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਨੰਬਰ 3 ਦੀ। ਨੰਬਰ 3 ਦੇ ਵਿੱਚ ਕੀ ਹੈਗਾ, ਜ਼ਿਆਦਾਤਰ ਲੋਕ ਨੇ ਜਿਹੜੇ ਲਾਉਂਦੇ ਹੁੰਦੇ ਨੇ 4 ਜਾਂ 5 ਵਜੇ ਦਾ ਅਲਾਰਮ। ਠੀਕ ਆ, ਜਾਂ ਫਿਰ ਤੁਸੀਂ ਚਲੋ ਜੇ ਤੁਸੀਂ ਮਤਲਬ ਕਿ ਤੁਹਾਨੂੰ ਕੋਈ ਜ਼ਿਆਦਾ ਨਹੀਂ ਅਰਜੈਂਟ ਕੰਮ ਹੁੰਦਾ ਤਾਂ ਤੁਸੀਂ 6 ਜਾਂ 7 ਵਜੇ ਦਾ ਅਲਾਰਮ ਲਾਉਂਦੇ ਹੋਵੋਗੇ। ਠੀਕ ਆ, ਵੀ 1 ਵਜੇ ਸਾਡਾ ਟਾਈਮ ਆ, 1 ਵਜੇ ਅਸੀਂ ਉੱਠਣਾ ਹੈਗਾ। ਠੀਕ ਆ, ਬਟ ਮੈਂ ਪਤਾ ਨਹੀਂ, ਮੈਨੂੰ ਵੀ ਨਹੀਂ ਇਸ ਚੀਜ਼ ਬਾਰੇ ਪਤਾ ਵੀ ਇਹ ਚੀਜ਼ ਕੀ ਕਿੱਦਾਂ ਕੰਮ ਕਰਦੀ ਹੈ ਜਾਂ ਇਹਦੇ ਪਿੱਛੇ ਕੀ ਰੀਜ਼ਨ ਹੈਗਾ। ਮੇਰਾ ਇਹ ਮਤਲਬ ਕਿ ਇੱਕ ਤਜਰਬਾ ਹੀ ਆ, ਤੁਸੀਂ ਤਜਰਬਾ ਸਮਝ ਸਕਦੇ ਹੋ ਇਹ ਚੀਜ਼ ਨੂੰ। ਮੈਂ ਕੀ ਕੀਤਾ ਸੀਗਾ, ਮੈਥੋਂ ਬਹੁਤ ਟਾਈਮ ਹੈ ਘੱਟੋ ਘੱਟ 2-3 ਮਹੀਨੇ 5 ਦਾ ਅਲਾਰਮ ਲਾਇਆ ਕਰਾਂ, ਕਦੇ 4 ਵਜੇ ਦਾ ਅਲਾਰਮ ਲਾਇਆ ਰਿਹਾ ਕਰਾਂ, ਕਦੇ 6 ਦਾ, ਕਦੇ 7 ਦਾ, ਪਰ ਮੈਂ ਸਾਰੇ ਟਾਈਮ ਗਾਹ ਗਾਹ ਕੇ ਦੇਖ ਲਏ, ਕਿਸੇ ਵੀ ਟਾਈਮ ਮੈਂ ਤਾਂ ਉੱਠਿਆ ਨਾ ਜਾਇਆ ਕਰੇ। 1 ਮਹੀਨਾ ਹੋਇਆ 2 ਮਹੀਨੇ ਹੋਇਆ, ਮੈਂ ਕਿਹਾ ਵੀ ਬੜਾ ਪੰਗਾ ਪਿਆ, ਅਤੇ ਮੈਂ ਕਿਹਾ ਵੀ ਰੀਜ਼ਨ ਕੀ ਹੈ, ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ। ਉਹ ਤੋਂ ਬਾਅਦ 'ਚ ਮੈਂ ਇੱਕ ਦਿਨ ਕੀ ਕੀਤਾ, ਮੈਂ ਕਿਹਾ ਯਾਰ ਅੱਜ ਮੈਂ ਵੀ ਉੱਠਣਾ ਹੀ ਉੱਠਣਾ ਗਾ, ਮੈਂ 3 ਵਜੇ ਦਾ ਅਲਾਰਮ ਲਾਉਣਾ ਗਾ। ਠੀਕ ਆ, ਅਤੇ ਮੈਂ 3 ਵਜੇ ਦਾ ਅਲਾਰਮ ਲਾ ਲਿਆ। ਬਹੁਤ ਘੱਟ ਲੋਕ ਨੇ ਜਿਹੜੇ ਮਤਲਬ ਕਿ 3 ਵਜੇ ਉੱਠਦੇ ਹੋਣਗੇ, ਜਾਂ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਅਸੀਂ 3 ਵਜੇ ਵੀ ਉੱਠ ਸਕਦੇ ਹਾਂ, ਤੁਹਾਨੂੰ ਐਂ ਹੋਊਗਾ ਵੀ ਨੀਂਦ ਨਹੀਂ ਪੂਰੀ ਹੋਣੀ, ਹੈ ਨਾ, ਬਹੁਤ ਘੱਟ ਲੋਕ ਨੇ 3 ਵਜੇ ਉੱਠਣਗੇ। ਬਟ ਜੇ ਤੁਹਾਨੂੰ ਤੁਸੀਂ ਅਲਾਰਮ ਲਾ ਲਾ ਕੇ ਥੱਕ ਗਏ, ਸਾਰਾ ਕੁਛ ਕਰਕੇ ਦੇਖ ਲਿਆ ਪਰ ਉਸ ਤੋਂ ਉੱਠੇ ਨਹੀਂ ਜਾਂਦਾ, ਤਾਂ ਤੁਸੀਂ ਇੱਕ ਦਿਨ ਐਂ ਕਰੋ, ਤੁਸੀਂ 3 ਵਜੇ ਦਾ ਅਲਾਰਮ ਲਾਇਓ। ਮੈਂ 101% ਸ਼ੋਰ ਹਾਂ ਵੀ ਤੁਸੀਂ 3 ਵਜੇ ਅਲਾਰਮ 'ਤੇ ਉੱਠੋਗੇ, ਕਿਉਂਕਿ ਕੁਦਰਤ ਵਜੋਂ ਮੈਨੂੰ ਵੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਵੀ ਮੈਨੂੰ ਵੀ ਇਹਦੇ ਪਿੱਛੇ ਰੀਜ਼ਨ ਪਤਾ ਵੀ ਕਿਉਂ ਹੁੰਦਾ ਗਾ, ਬਟ 3 ਵਜੇ ਆਪਣੀ ਨੀਂਦ ਬਹੁਤ ਕੱਚੀ ਹੁੰਦੀ ਹੈ, ਜਿਹਦੇ ਕਰਕੇ ਤੁਹਾਨੂੰ ਅਲਾਰਮ ਵੱਜਦਾ ਗਾ ਤਾਂ ਆਪਾਂ ਨੂੰ ਜਲਦੀ ਜਾਗ ਆ ਜਾਂਦੀ ਆ, ਅਤੇ ਉਹ 3 ਵਜੇ ਨਾ ਤਾਂ ਤੁਹਾਨੂੰ ਕੋਈ ਵੀਕਨੈਸ ਫੀਲ ਹੋਊਗੀ, ਨਾ ਤੁਹਾਨੂੰ ਐਂ ਲੱਗੂਗਾ ਵੀ ਹਾਂ ਯਾਰ ਮੈਨੂੰ ਹਜੇ ਨੀਂਦ ਹੋਰ ਆਈ ਜਾਂਦੀ, ਆਪਾਂ ਨੂੰ ਇਹੀ ਮੇਨ ਰੀਜ਼ਨ ਹੁੰਦਾ ਹੈ ਨਾ, ਇਹ ਚੀਜ਼ ਨਹੀਂ ਹੁੰਦੀ। 3 ਵਜੇ ਅਲਾਰਮ ਵੱਜੂਗਾ, ਤੁਹਾਡੀ ਝੜਦੇ ਕੇ ਅੱਖ ਖੁੱਲੂਗੀ ਅਤੇ ਤੁਹਾਨੂੰ ਐਂ ਹੋਜੂਗਾ ਹਾਂ ਵੀ ਯਾਰ ਠੀਕ ਆ ਹੁਣ ਉੱਠ ਖੜਦੇ ਹਾਂ। ਚਲੇ ਚਾਹੇ ਤੁਸੀਂ ਉੱਠ ਕੇ ਉਦੋਂ ਬਾਅਦ 10 ਮਿੰਟ ਮੈਡੀਟੇਸ਼ਨ ਕਰ ਸਕਦੇ ਹੋ, ਜਾਂ ਤੁਸੀਂ ਕੋਈ ਬੁੱਕ ਪੜ੍ਹ ਸਕਦੇ ਹੋ, ਜਾਂ ਗੁਰਦੁਆਰਾ ਸਾਹਿਬ 3 ਵਜੇ ਮਤਲਬ ਕਿ ਖੁੱਲ੍ਹ ਜਾਂਦਾ ਹੁੰਦਾ ਉੱਥੇ ਜਾ ਸਕਦੇ ਹੋ, ਕੌਫੀ ਬਣਾ ਕੇ ਪੀ ਸਕਦੇ ਹੋ, ਵੇਟ ਕਰ ਸਕਦੇ ਹੋ ਤੁਸੀਂ 4 ਵਜਣ ਦੀ। ਠੀਕ ਆ, ਬਟ ਇਹ ਟ੍ਰਿਕ ਵੀ ਕੰਮ ਕਰਦੀ ਹੈ ਜੇ ਤੁਸੀਂ ਬਿਲਕੁਲ ਹੀ ਥੱਕ ਚੁੱਕੇ ਹੋ ਵੀ ਸਾਤੋਂ ਬਾਈ ਉੱਠੇ ਨਹੀਂ ਜਾਂਦਾ ਹੈਗਾ। ਠੀਕ ਆ, ਤਾਂ ਤੁਸੀਂ 3 ਵਜੇ ਦਾ ਅਲਾਰਮ ਲਾਉਣਾ ਗਾ ਤਾਂ ਤੁਸੀਂ ਜ਼ਰੂਰ ਉੱਠੋਗੇ, ਮੇਰੀ ਗਰੰਟੀ ਹੈਗੀ। ਇੱਕ ਵਾਰੀ ਚੈੱਕ ਕਰਕੇ ਦੇਖਿਓ, ਜੇ ਤੁਹਾਨੂੰ ਮਤਲਬ ਕਿ ਇਹ ਚੀਜ਼ 'ਤੇ ਨਹੀਂ ਵਿਸ਼ਵਾਸ ਹੈਗਾ, ਤੁਸੀਂ ਲਾ ਕੇ ਦੇਖਿਓ, ਤੁਸੀਂ ਜ਼ਰੂਰ ਉੱਠੋਗੇ 3 ਵਜੇ। ਅਤੇ ਹੁਣ ਆਪਾਂ ਚੱਲਦੇ ਹਾਂਗੇ ਨੰਬਰ 4 'ਤੇ। ਨੰਬਰ 4 ਦੇ ਵਿੱਚ ਕੀ ਆ ਕਿ ਮੈਂ ਬਹੁਤ ਟਾਈਮ ਪਹਿਲਾਂ ਵੀ ਇਸ ਵਿਸ਼ੇ 'ਤੇ ਵੀਡੀਓ ਪਾਈ ਸੀਗੀ ਵੀ ਜਿਸ ਤੋਂ ਜਲਦੀ ਨਹੀਂ ਉੱਠਿਆ ਜਾਂਦਾ ਤਾਂ ਤੁਸੀਂ ਇਹ ਟ੍ਰਿਕ ਇਸਤੇਮਾਲ ਕਰ ਸਕਦੇ ਹੋ। ਅਤੇ ਲਾਸਟ ਵਾਲੀ ਟ੍ਰਿਕ ਹੈਗੀ ਇਹ ਟ੍ਰਿਕ ਹੈਗੀ ਸੈਲਫ ਪਨਿਸ਼ਮੈਂਟ। ਤੁਸੀਂ ਸੁਣਿਆ ਵੀ ਹੋਊਗਾ ਕਿ ਲੋਕ ਜਦੋਂ ਆਪਾਂ ਤੋਂ ਕੋਈ ਚੀਜ਼ ਨਹੀਂ ਹੁੰਦੀ ਤਾਂ ਆਪਾਂ ਇੱਕ ਸੈਲਫ ਪਨਿਸ਼ਮੈਂਟ ਇੱਕ ਚੀਜ਼ ਹੈਗੀ ਵੀ ਆਪਾਂ ਉਹ ਚੀਜ਼ ਕਰ ਸਕਦੇ ਹਾਂ, ਸੈਲਫ ਪਨਿਸ਼ਮੈਂਟ ਆਪਣੇ ਆਪ ਨੂੰ ਦੇ ਸਕਦੇ ਹੁੰਦੇ ਹੋ। ਇਹਦੇ ਵਿੱਚ ਤੁਸੀਂ ਕਿੱਦਾਂ ਕਰਨਾ ਗਾ ਵੀ ਸਮਝ ਲਓ, ਤੁਸੀਂ ਸੋ ਤੋਂ ਉੱਠਿਆ ਨਹੀਂ ਜਾਂਦਾ, ਤੁਸੀਂ ਸਾਰੇ ਤਰੀਕੇ ਕਰ ਕੁਰ ਕੇ ਦੇਖ ਲਏ, ਸਾਰੇ ਫੇਲ ਨੇ ਪਰ ਸੋ ਤੋਂ ਉੱਠੇ ਹੀ ਨਹੀਂ ਜਾਂਦਾ। ਤੁਸੀਂ ਕੀ ਕਰਨਾ ਗਾ, ਜਿੱਦਾਂ ਕਿ ਤੁਹਾਨੂੰ ਕੋਈ ਚੀਜ਼ ਪਿਆਰੀ ਆ, ਬਹੁਤ ਜ਼ਿਆਦਾ ਪਿਆਰੀ ਆ, ਜਿਵੇਂ ਕਿ ਜਿਵੇਂ ਚਾਹੇ ਤੁਸੀਂ 100 ਰੁਪਏ ਦਾ, ਚਲੋ ਆਪਾਂ ਮੈਂ ਤੁਹਾਨੂੰ ਇੱਕ ਟ੍ਰਿਕ ਦੱਸ ਦਾਂਗਾ ਵੀ ਚਲੋ ਇੱਕ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ 100 ਰੁਪਏ ਦਾ ਨੋਟ ਆ, ਚਾਹੇ 500 ਦਾ ਲਾ ਲਓ, ਜੇ 100 ਰੁਪਈਆ ਤੁਹਾਡੇ ਲਈ ਕੋਈ ਕੀਮਤ ਨਹੀਂ ਰੱਖਦਾ ਤਾਂ ਤੁਸੀਂ 500 ਦਾ ਲਾ ਸਕਦੇ ਹੋ। ਠੀਕ ਆ, ਜਾਂ ਫਿਰ ਤੁਸੀਂ 200 ਦਾ ਵੀ ਲਾ ਸਕਦੇ ਹੋ, ਜੇ ਤੁਸੀਂ ਜ਼ਿਆਦਾ ਨਹੀਂ ਤਾਂ ਤੁਸੀਂ 50 ਦਾ ਹੀ ਲਾ ਸਕਦੇ ਹੋ। ਚਲੋ ਠੀਕ ਆ, ਬਟ ਮੈਨੂੰ ਪਤਾ 50 ਨਾਲ ਕੋਈ ਫਰਕ ਨਹੀਂ ਪੈਣਾ, ਤੁਸੀਂ 100 ਜਾਂ 200 ਜਾਂ 500 ਜ਼ਰੂਰ ਵਰਤਿਓ। ਠੀਕ ਆ, ਤੁਸੀਂ ਕੀ ਕਰਨਾ ਹੈਗਾ, ਅਲਾਰਮ ਲਾ ਲੈਣਾ ਗਾ, 4 ਜਾਂ 5 ਜਾਂ ਕਿੰਨੇ ਦਾ ਵੀ ਲਾ ਲਿਓ। ਠੀਕ ਆ, ਅਲਾਰਮ ਤੁਸੀਂ ਲਾ ਲਿਆ ਅਤੇ ਸੋ ਤੋਂ ਨਹੀਂ ਉੱਠਿਆ ਗਿਆ, ਅਲਾਰਮ ਵੱਜਿਆ ਸੋ ਤੋਂ ਨਹੀਂ ਉੱਠਿਆ ਗਿਆ, ਤੁਸੀਂ ਉੱਠਣ ਸਾਹਿਬ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਨਿਸ਼ਮੈਂਟ ਦੇਣੀ ਆ। ਪਨਿਸ਼ਮੈਂਟ ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਉਹ ਨੋਟ ਹੋ ਸਕਦਾ ਜਾਂ ਕੋਈ ਹੋਰ ਕੋਈ ਵੀ ਪਿਆਰੀ ਚੀਜ਼ ਹੋ ਸਕਦੀ ਆ ਜਿਹੜੀ ਕਿ ਤੁਹਾਨੂੰ ਬਹੁਤ ਪਸੰਦ ਆ, ਜਿਵੇਂ ਕੋਈ ਖਾਣ ਦੇ ਵਿੱਚ ਤੁਹਾਨੂੰ ਹੁੰਦਾ ਵੀ ਤੁਸੀਂ ਆਹ ਚੀਜ਼ ਡੇਲੀ ਖਾਣੋ, ਤੁਹਾਨੂੰ ਡੇਲੀ ਖਾਣੀ ਪਸੰਦ ਆ, ਤੁਸੀਂ ਉਹ ਚੀਜ਼ ਰੱਖ ਸਕਦੇ ਹੋ ਵੀ ਜਿੱਦਨੇ ਮੈਂ ਤੁਹਾਨੂੰ ਨਹੀਂ ਉੱਠਿਆ ਗਿਆ ਉਦਨੇ ਮੈਂ ਪਨਿਸ਼ਮੈਂਟ ਦੇ ਵਿੱਚ ਉਹ ਚੀਜ਼ ਖਾਣੀ ਨਹੀਂ ਹੈਗੀ, ਜਾਂ ਫਿਰ ਨੋਟ ਰੱਖ ਸਕਦੇ ਹੋ, ਜਾਂ ਫਿਰ ਤੁਸੀਂ ਤੁਹਾਨੂੰ ਕੋਈ ਹੋਰ ਕੋਈ ਵੀ ਤੁਸੀਂ ਸੋਚ ਸਕਦੇ ਹੋ ਵੀ ਹਾਂ ਯਾਰ ਮੈਨੂੰ ਆਹ ਚੀਜ਼ ਨਾਲ ਬਹੁਤ ਪਿਆਰਾ ਵੀ ਮੈਂ ਡੇਲੀ ਕਰਦਾ ਅਤੇ ਇੱਕ ਦਿਨ ਜੇ ਨਾ ਹੋਊਗੀ ਤਾਂ ਮੈਨੂੰ ਬਹੁਤ ਦੁੱਖ ਹੋ
ਸੋ ਤੋਂ ਨਹੀਂ ਉੱਠਿਆ ਗਿਆ, ਤੁਸੀਂ ਕੀ ਕਰਨਾ ਗਾ, 200 ਰੁਪਏ ਦਾ ਨੋਟ ਆ ਜਾਂ 500 ਦਾ ਗਾ, ਤੁਸੀਂ ਉਹ ਪਾੜ ਦੇਣਾ ਗਾ, ਠੀਕ ਆ। ਤੁਹਾਨੂੰ ਦੁੱਖ ਲੱਗਿਆ ਸੀ, ਜੇ ਤੁਹਾਨੂੰ ਰੁਪਈਏ ਨਾਲ ਪਿਆ, ਤੁਹਾਨੂੰ ਜ਼ਰੂਰ ਦੁੱਖ ਲੱਗੂਗਾ ਜੇ ਤੁਸੀਂ ਆਪ ਕਮਾਉਂਦੇ ਹੋਵੋਗੇ। ਬਟ ਜੇ ਉਹ ਤੁਹਾਡੇ ਮਾਂ ਪਿਓ ਦੇ ਜਾਂ ਮੰਮੀ ਡੈਡੀ ਤੋਂ ਰੁਪਈਏ ਫੜ ਕੇ, ਉਹਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹਦਾ ਤੁਹਾਨੂੰ ਤੁਸੀਂ ਕਮਾਏ ਨਹੀਂ, ਤੁਹਾਨੂੰ ਉਹਦਾ ਦੁੱਖ ਨਹੀਂ ਲੱਗਣਾ ਹੈਗਾ, ਤੁਸੀਂ ਹੋਰ ਕੋਈ ਚੀਜ਼ ਰੱਖ ਸਕਦੇ ਹੋ ਇਹਦੇ ਬਦਲੇ, ਠੀਕ ਆ। ਤੁਸੀਂ ਉਹ 200 ਰੁਪਏ ਦਾ ਨੋਟ ਪਾੜਤਾ ਅਤੇ ਤੁਸੀਂ ਹਾਰਟ ਹੋਏ ਵੀ ਹਾਂ ਯਾਰ ਮੇਰਾ 200 ਰੁਪਈਆ ਪਾੜ ਗਿਆ। ਦੂਜੇ ਦਿਨ ਫਿਰ ਤੁਸੀਂ ਅਲਾਰਮ ਲਾਇਆ, ਨਹੀਂ ਉੱਠਿਆ ਗਿਆ, ਤੁਸੀਂ ਉੱਠਣਾ ਫਿਰ 200 ਰੁਪਏ ਦਾ ਨੋਟ ਪਾੜ ਦੇਣਾ, ਠੀਕ ਆ। ਤੀਜੇ ਦਿਨ ਕਰਨਾ, ਚੌਥੇ ਦਿਨ ਕਰਨਾ, ਪੰਜਵੇਂ ਦਿਨ ਤੁਸੀਂ ਜਦੋਂ ਅਲਾਰਮ ਵੱਜੂਗਾ ਤੁਹਾਡੇ ਸਭ ਤੋਂ ਪਹਿਲਾਂ ਦਿਮਾਗ 'ਚ ਨੋਟ ਆਊਗਾ ਵੀਰ ਅੱਜ ਫਿਰ ਨੋਟ ਗਿਆ 200 ਦਾ ਜਾਂ 500 ਦਾ, ਠੀਕ ਆ। ਅਤੇ ਇਹਦੇ ਨਾਲ ਕੀ ਹੋਊਗਾ, ਤੁਹਾਨੂੰ ਐਂ ਹੋਊਗਾ ਵੀ ਹਾਂ ਯਾਰ ਅੱਜ ਮੈਂ ਜ਼ਿਆਦਾ 500 ਦਾ ਨੋਟ ਬਚਾ ਲਾ, ਵੀ ਅੱਜ ਤਾਂ ਚਲੋ ਉੱਠ ਹੀ ਕੱਢਦਾ, ਠੀਕ ਆ। ਕਿਉਂਕਿ ਇਹ ਸਾਰੀਆਂ ਆਪਣੇ ਦਿਮਾਗ ਦੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਵੇਰੇ 4 ਵਜੇ ਵੀ ਉੱਠਦੇ ਨੇ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ 10 ਵਜੇ ਵੀ ਉੱਠਦੇ ਨੇ, ਹਨਾ। ਉਹਨਾਂ 'ਚ ਫਰਕ ਕੀ ਆ, ਫਰਕ ਕੋਈ ਨਹੀਂ, ਸਿਰਫ ਦਿਮਾਗ ਦੀ ਗੱਲ ਆ। ਦਿਮਾਗ 'ਤੇ ਕੁਛ ਕੁ ਗੱਲਾਂ ਹੁੰਦੀਆਂ ਨੇ, ਕੁਛ ਕੁ ਜਿਵੇਂ ਕਿਸੇ ਨੂੰ ਮੈਂ ਦੱਸਿਆ ਗਾ ਵੀ ਆਪਣਾ ਦਿਮਾਗ ਬਹਾਨੇ ਬਣਾ ਲੈਂਦਾ, ਠੀਕ ਆ। ਇਹ ਗੱਲਾਂ ਹੁੰਦੀਆਂ ਨੇ ਅਤੇ ਇਹ ਚੀਜ਼ ਦੇ ਨਾਲ ਮੈਨੂੰ ਪਤਾ ਤੁਸੀਂ 4 ਦੇ ਵਿੱਚੋਂ ਜੇ ਤੁਸੀਂ 2 ਟ੍ਰਿਕਾਂ ਵੀ ਇਸਤੇਮਾਲ ਕਰ ਲਈਆਂ, ਤੁਸੀਂ 4 ਕੋਲੋਂ ਤਾਂ ਬਾਹਲੀਆਂ ਬੈਟਰ ਨੇ। ਮੈਨੂੰ ਜ਼ਿਆਦਾਤਰ ਲੱਗਦਾ ਵੀ ਜੇ ਤੁਸੀਂ 2 ਟ੍ਰਿਕਾਂ ਵੀ ਇਹਨਾਂ ਵਿੱਚੋਂ ਇਸਤੇਮਾਲ ਕਰ ਲਈਆਂ ਤਾਂ ਤੁਸੀਂ ਜ਼ਰੂਰ 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 ਜਲਦੀ ਉੱਠਣ ਲੱਗ ਜਾਓਗੇ, ਤੁਹਾਡੀ ਆਦਤ ਜਲਦੀ ਬਦਲ ਜਾਊਗੀ। ਅਤੇ ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਅਤੇ ਕਮੈਂਟ ਹੁਣ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਅਗਲੀਆਂ ਵੀਡੀਓ ਦੇ ਲਈ ਮੈਨੂੰ ਜ਼ਰੂਰ ਦੱਸਣਾ ਵੀ ਹਾਂ ਬਈ ਤੁਸੀਂ ਆਹ ਚੀਜ਼ 'ਤੇ ਵੀਡੀਓ ਲੈ ਕੇ ਆਓ, ਤਾਂ ਆਪਾਂ ਜ਼ਰੂਰ ਲੈ ਕੇ ਆਵਾਂਗੇ। ਥੈਂਕ ਯੂ।